ਕਿੱਦਾਂ ਸਾਰੇ? ਅਤੇ ਅੱਜ ਚੱਲੇ ਆਪਾਂ ਵੀਰਵਾਰ ਨੂੰ ਔਫਿਸ, ਅਤੇ ਧੁੱਪ ਬਹੁਤ ਜ਼ਿਆਦਾ, ਲਾਈਟਾਂ 'ਤੇ ਵੀ ਖੜ੍ਹੇ ਹੋਣਾ ਜਦੋਂ ਪੈਂਦਾ ਬਹੁਤ ਧੁੱਪ ਲੱਗਦੀ ਹੈ। ਅਤੇ ਲਓ ਜੀ ਹੁਣ ਆਪਾਂ ਹੋ ਗਏ ਖੜ੍ਹੇ ਲਾਈਟਾਂ 'ਤੇ, ਅਤੇ ਬਹੁਤ ਗਰਮੀ ਹੈ। ਬਾਈਕ ਵੀ ਚਲਾਓ ਤਾਂ ਵੀ ਗਰਮ ਹਵਾ ਪੈਂਦੀ ਹੈ। ਅਤੇ ਇਹ ਲੋਕੇਸ਼ਨ ਦਾ ਕਿਹਨੂੰ ਕਿਹਨੂੰ ਪਤਾ ਜ਼ਰੂਰ ਦੱਸਿਓ। ਮੋਹਾਲੀ ਟਾਵਾ, ਜਿਹੜੇ ਚੰਡੀਗੜ੍ਹ ਮੋਹਾਲੀ 'ਚ ਕੰਮ ਕਰਦੇ, ਉਹਨਾਂ ਨੂੰ ਜ਼ਰੂਰ ਪਤਾ ਹੈਗਾ ਲੋਕੇਸ਼ਨ ਦਾ। ਅਤੇ ਆਪਾਂ ਕਰਤੀ ਬਾਈਕ ਖੜ੍ਹੀ ਹੁਣ ਔਫਿਸ ਦੇ ਬਾਹਰ, ਅਤੇ ਇਹ ਔਫਿਸ ਸਾਡਾ। ਅਤੇ ਦੱਸੋ ਕਮੈਂਟ 'ਚ ਕਿ ਕਿਹਨੂੰ ਕਿਹਨੂੰ ਇਹਦੇ ਲੋਕੇਸ਼ਨ ਦਾ ਪਤਾ ਅਤੇ ਔਫਿਸ ਦਾ। ਅਤੇ ਕਰ ਲਈ ਆਪਾਂ ਐਂਟਰੀ ਔਫਿਸ 'ਚ, ਅਤੇ ਹੁਣ ਆਪਾਂ ਲਿਫਟ 'ਚੋਂ ਜਾਵਾਂਗੇ ਔਫਿਸ ਨੂੰ ਉੱਪਰ। ਅਤੇ ਆਪਾਂ ਕਰ ਲਿਆ ਪੰਚ, ਹੁਣ ਆਪਾਂ ਕਰਨ ਲੱਗੇ ਹਾਂ ਐਂਟਰੀ ਆਪਣੇ ਔਫਿਸ 'ਤੇ। ਅਤੇ ਬੈਠ ਗਏ ਸਿਸਟਮ 'ਤੇ, ਕਰ ਲਿਆ ਔਨ ਆਪਣਾ ਸਿਸਟਮ। ਹਜੇ ਇੰਪਲੋਏ ਘੱਟ ਨੇ, ਥੋੜ੍ਹੇ ਬਹੁਤ ਆਏ ਆ, ਬਾਕੀ ਹਜੇ ਸਟਾਰਟਿੰਗ ਹੈ। ਹੌਲੀ ਹੌਲੀ ਜਿਹੜਾ ਇਹ ਸਾਰਾ ਫਲੋਰ ਭਰ ਜਾਏਗਾ। ਆ ਰਹੇ ਇੰਪਲੋਏ ਹਜੇ ਕੁਛ ਕੁ ਬੈਠੇ ਆ, ਅਤੇ ਬਾਕੀ ਆਪਾਂ ਲੈ ਆਉਂਦੇ ਹਾਂ ਹੁਣ ਥੋੜ੍ਹਾ ਜਿਹਾ ਪਾਣੀ ਪੀਣ ਲਈ। ਅਤੇ ਪਾਣੀ ਪੀਣ ਤੋਂ ਬਾਅਦ ਬੈਠ ਗਏ ਆਪਾਂ ਸਿਸਟਮ 'ਤੇ, ਅਤੇ ਕਰਨਾ ਕੀਤਾ ਕੰਮ ਸਟਾਰਟ। ਅਤੇ ਥੋੜ੍ਹੀ ਬਹੁਤ ਕੰਮ ਕੁੰਮ ਕਰਕੇ ਉਸ ਤੋਂ ਬਾਅਦ ਹੋ ਗਈ ਦੁਪਹਿਰ, ਅਤੇ ਦੁਪਹਿਰ ਨੂੰ ਕੀਤਾ ਆਪਾਂ ਲੰਚ। ਲੰਚ ਕਰਨ ਤੋਂ ਬਾਅਦ ਫਿਰ ਆਪਾਂ ਥੋੜ੍ਹਾ ਟਾਈਮ ਇੱਦਾਂ ਹੀ ਵਿਹਲੇ ਬੈਠੇ ਰਹੇ, ਅਤੇ ਵੀਡੀਓ ਬਣਾਈ। ਉਸ ਤੋਂ ਬਾਅਦ ਆਪਾਂ ਨਿਕਲ ਗਏ ਹੁਣ ਪੂਰੀ ਤਿਆਰੀ ਲਗਾਉਣ ਤੋਂ ਬਾਅਦ ਚਲੋ ਘਰ ਨੂੰ ਜਾ ਕੇ। ਮੌਸਮ ਬਹੁਤ ਵਧੀਆ।